ਹੈ ਜੀ ਅੱਜ ਆਪਾਂ ਅੰਬੇਦਕਰ ਜਯੰਤੀ ਮਨਾ ਰਹੇ ਹਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਗੱਲ ਇਹ ਹੈ ਜੀ ਅੱਜ ਉਸ ਮਹਾਨ ਹਸਤੀ ਦਾ ਜਿਹੜਾ ਯੁੱਗ ਪੁਰਸ਼ ਸੀ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਕਿਉਂ ਯਾਦ ਕੀਤਾ ਜਾ ਰਿਹਾ ਔਰ ਸਹੁੰ ਚੁੱਕਣੀ ਆ ਕਿ ਜੋ ਸੰਵਿਧਾਨ ਉਹਨਾਂ ਨੇ ਬਣਾਇਆ ਉਹਦੀ ਰਾਖੀ ਕੀਤੀ ਜਾਵੇ ਕਿਉਂਕਿ ਛੋਟੀ ਉਮਰੇ ਹੀ ਉਹਨਾਂ ਨੇ ਮਨੂਵਾਦ ਆਪਣੇ ਪਿੰਡੇ 'ਤੇ ਹਟਾਇਆ ਔਰ ਉਹਦੇ 'ਚ ਬੜੀਆਂ ਮੁਸ਼ਕਲਾਂ ਨਾਲ ਉਹ ਮਤਲਬ ਪੜ੍ਹਾਈ ਦੇ ਅੰਦਰ ਆਪਣੇ ਆਪ ਨੂੰ ਉਹਨਾਂ ਨੇ ਐਡਵਾਂਸ ਕੀਤਾ ਜਿਹਦਾ ਸਿੱਟਾ ਇਹ ਨਿਕਲਿਆ ਬੜੌਦਾ ਦੇ ਰਾਜਾ ਨੇ ਉਹਨਾਂ ਨੂੰ ਪੜ੍ਹਾਈ ਲਈ ਭੇਜਿਆ ਕਿਉਂਕਿ ਵੀ ਰਾਜ ਦੇ ਅੰਦਰ ਆਪਣੇ ਰਾਜ ਦੇ ਅੰਦਰ ਉਹਨਾਂ ਤੋਂ ਕੰਮ ਲਿਆ ਜਾ ਸਕੇ ਲੇਕਿਨ ਉਹ ਇੰਨੇ ਮਤਲਬ ਤੇਜ਼ ਨਿਕਲੇ ਇੰਨੀ ਪੜ੍ਹਾਈ ਵਧੀਆ ਕੀਤੀ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਪੜ੍ਹਾਈ ਉਹਨਾਂ ਨੇ ਕੀਤੀ ਔਰ ਨਾਲ ਉਸ ਦੇ ਕਾਰਨ ਹੀ ਉਹ ਸੰਵਿਧਾਨ ਦੇ ਚੇਅਰਮੈਨ ਵੀ ਬਣੇ ਸੰਵਿਧਾਨ ਬਣਾਇਆ ਉਹਨਾਂ ਨੇ ਨਾਲ ਸੰਵਿਧਾਨ ਬਣਾਉਣ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਜਦੋਂ ਸੰਵਿਧਾਨ ਲਾਗੂ ਕੀਤਾ ਲੋਕਾਂ ਨੂੰ ਅਪੀਲ ਕੀਤੀ ਵੀ ਇਹ ਸੰਵਿਧਾਨ ਤਾਂ ਮੈਂ ਬਣਾਤਾ ਜਿੱਦਾਂ ਦਾ ਵੀ ਹੈ ਚੰਗਾ ਮਾੜਾ ਇਹਦੀ ਰਾਖੀ ਕਰਨੀ ਲੋਕਾਂ ਦਾ ਫਰਜ਼ ਹੈ ਅਗਰ ਇਹਦੀ ਰਾਖੀ ਨਹੀਂ ਕਰੋਗੇ ਇਹਨੂੰ ਰਾਜ ਕਰਨ ਵਾਲੇ ਲੋਕ ਕਿਤੇ ਵੀ ਨੁਕਸਾਨ ਪਹੁੰਚਾ ਸਕਦੇ ਆ ਤੋੜ ਸਕਦੇ ਆ ਜਿਹਦਾ ਅੱਜ ਸਪਸ਼ਟ ਅੱਜ BJP ਜਿਹੜੀ ਆ ਮਨੂਵਾਦੀ ਪਾਰਟੀ RSS ਦੀ ਅਗਵਾਈ ਦੇ ਅੰਦਰ ਆਪਣਾ ਕੰਮ ਕਰ ਰਹੀ ਹੈ ਅੱਜ ਹਿੰਦੁਸਤਾਨ ਦੇ ਸੰਵਿਧਾਨ ਨੂੰ ਤੋੜਨ ਲਈ ਤਤਪਰ ਹੈ ਔਰ ਤੁਸੀਂ ਦੇਖ ਰਹੇ ਹੋ ਕਿਸਾਨਾਂ ਮਜ਼ਦੂਰਾਂ 'ਤੇ ਹਮਲੇ ਹੋ ਰਹੇ ਨੇ ਮਜ਼ਦੂਰਾਂ ਦੇ ਕਾਨੂੰਨ ਵੀ 44 ਜਿਹੜੇ ਕਿਰਤ ਕਾਨੂੰਨ ਸੀ ਉਹ 4 ਕੋਰਟ 'ਚ ਬਦਲਤੇ ਔਰ ਕਿਸਾਨਾਂ ਦੇ ਖਿਲਾਫ਼ 3 ਖੇਤੀ ਕਾਨੂੰਨ ਬਣਾ ਕੇ ਉਹਨਾਂ ਜ਼ਮੀਨਾਂ ਹੜੱਪਣ ਜਾ ਰਹੇ ਆ ਔਰ ਦੇਸ਼ ਨੂੰ ਗੁਲਾਮੀ ਵਾਲੇ ਪਾਸੇ ਲਿਜਾ ਰਹੇ ਆ ਇਸ ਸੰਵਿਧਾਨ ਨੂੰ ਖਤਮ ਕਰਕੇ ਮਨੂਵਾਦ ਦਾ ਸੰਵਿਧਾਨ ਲਾਗੂ ਕਰਕੇ ਦੇਸ਼ ਨੂੰ ਮਤਲਬ ਧਰਮ ਭਰਮ ਕਰਨਾ ਚਾਹੁੰਦੇ ਆ ਇਹਦੇ ਲਈ ਲੋਕਾਂ ਨੂੰ ਅਪੀਲ ਕਰਦਾ ਮੈਂ ਅੱਜ ਇਸ ਦਿਨ 'ਤੇ ਜਿਹੜਾ ਕਿ ਇਸ ਸੰਵਿਧਾਨ ਨੂੰ ਬਚਾਉਣ ਲਈ ਔਰ ਐਸੀਆਂ ਕਾਲੀ ਤਾਕਤਾਂ ਨੂੰ ਹਟਾਉਣ ਲਈ ਆਪਣੇ ਆਪ ਨੂੰ ਅੰਦੋਲਨ ਦੇ ਵਿੱਚ ਲਿਆਉਣ ਅੰਦੋਲਨ ਦਾ ਹਿੱਸਾ ਬਣਨ ਔਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਆਪਣੀ ਲੜਾਈ ਨੂੰ ਤੇਜ਼ ਕਰਨ ਮੈਂ ਕਾਮਰੇਡ ਵਿਨੋਦ ਕੁਮਾਰ ਤਿਵਾਰੀ ਸੈਂਟਰ ਆਫ ਟ੍ਰੇਨਿੰਗ CIT ਕੇ ਤਰਫ ਸੇ ਆਜ 130ਵਾਂ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਕੇ ਜਯੰਤੀ ਸ਼ੇਰਪੁਰ ਚੌਕ ਪੇ ਜੋ ਮਨਾਇਆ ਗਿਆ ਇਸਮੇ ਤਮਾਮ ਕ੍ਰਾਂਤਕਾਰੀ ਲੋਗੋਂ ਨੇ ਸ਼ਪਥ ਲਿਆ ਹੈ ਕਿ ਜੋ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਨੇ संविधान लिखा है देश को चलाने के लिए उस संविधान पे अब तक देश चलता रहा लेकिन देश के अंदर जब से BJP की सरकार आई है BJP की सरकार संविधान तोड़ के बाबा साहब भीमराव अंबेडकर का संविधान तोड़ के मानुस्मृति लागू करना चाहती है लेकिन ये मानुस्मृति किसी भी हालत में सेंटर ऑपरेटरों के तमाम कर्मचारी साथियों ने प्रण किया और शपथ लिया है कि लागू नहीं करने दिया जाएगा और बाबा साहब भीमराव अंबेडकर का संविधान ही देश में रहेगा और बाबा साहब भीमराव अंबेडकर के संविधान से ही देश को चलेगा मोदी सरकार जो जबरदस्ती किसान विरोधी काले कानून लेके आई है मजदूर विरोधी कानून लेके आई है उस कानून को जबरदस्ती मजदूर और किसानों पर थोपना चाहती है उसके लिए भी वचनबद्ध सेंटर ऑफ ट्रेड यूनियन कि जब तक कि देश के अंदर से किसान विरोधी काले कानून और मजदूर विरोधी कानून वापस नहीं होती है तब तक संघर्ष जारी रहेगा धन्यवाद हाँ जी सर तुम्हारे नाम क्या है मैं चंद्रशेखर जनरल सेक्रेटरी CIT पंजाब ਸਾਡਾ ਇਹਦੇ ਬਾਰੇ 2 ਸਪਸ਼ਟ ਵਿਊ ਹੈ ਪਹਿਲਾ ਅੰਬੇਦਕਰ ਜੀ ਦੀ ਜਿਹੜੀ ਕੰਟਰੀਬਿਊਸ਼ਨ ਹੈ ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਜਿੰਨੀ ਬੜੀ ਵਿੱਦਿਆ ਹਾਸਲ ਕੀਤੀ ਦੇਸ਼ ਦੇ ਜੇ ਬਾਕੀ ਸਾਰੇ ਲੀਡਰ ਵੀ ਇਕੱਠੇ ਕਰ ਲਏ ਜਾਣ ਤਾਂ ਉਹਨਾਂ ਦੇ ਬਰਾਬਰ ਨਹੀਂ ਬਣਦੇ ਦੂਜਾ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਉਸ ਦੇ ਅੰਦਰ ਸਭ ਤੋਂ ਵੱਡੀ ਭੂਮਿਕਾ ਅੰਬੇਦਕਰ ਜੀ ਦੀ ਹੈ ਜਿਹਦੇ ਅੰਦਰ ਉਹਨਾਂ ਨੇ ਉਹਦੇ ਜਿਹੜਾ ਬੁਨਿਆਦੀ ਢਾਂਚਾ ਹੈ ਜਾਂ ਬੁਨਿਆਦੀ ਅਧਿਕਾਰ ਹੈ ਜਾਂ ਦਿਸ਼ਾ ਨਿਰਦੇਸ਼ ਹੈ ਸਟੇਟ ਲਈ ਰਾਜ ਲਈ ਉਹ ਤਿੰਨੋਂ ਗੱਲਾਂ ਦੇ ਅੰਦਰ ਉਹਨਾਂ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ ਲਿਖਣ ਦੇ ਅੰਦਰ ਵੀ ਸੰਵਿਧਾਨ ਨੂੰ ਉਹਦੇ ਅੰਦਰ ਕਿ ਦੇਸ਼ ਦੇ ਅੰਦਰ ਵਿਗਿਆਨਿਕ ਵਿਚਾਰਧਾਰਾ ਵਧਣੀ ਚਾਹੀਦੀ ਹੈ ਔਰ ਬਰਾਬਰਤਾ ਜਿਹੜੀ ਹੈ ਵਿਸ਼ੇਸ਼ ਤੌਰ 'ਤੇ ਜਗੀਰਦਾਰਾਂ ਦੀ ਅਤੇ ਕਿਸਾਨਾਂ ਦੀ ਔਰ ਮਜ਼ਦੂਰਾਂ ਅਤੇ ਸਰਮਾਏਦਾਰੇ ਦੀ ਜਿਹੜੀ ਹੈ ਜਿਹੜਾ ਵੀ ਫਰਕ ਹੈ ਬਹੁਤ ਵੱਡਾ ਅੰਤਰ ਹੈ ਦੋਨਾਂ ਦੇ ਅੰਦਰ ਇਸ ਅੰਤਰ ਨੂੰ ਆਹਿਸਤਾ ਮਿਟਾ ਕੇ ਬਰਾਬਰਤਾ ਦੇ ਸਮਾਜ ਨੂੰ ਲੈ ਕੇ ਆਉਣਾ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਰਾਜਨੀਤਿਕ ਬਰਾਬਰਤਾ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਤਾਂ ਹੋਏਗਾ ਰਾਜਨੀਤਿਕ ਬਰਾਬਰਤਾ ਹੋਊਗੀ ਸੰਵਿਧਾਨ ਨਾਲ ਪਰ ਜੇ ਆਰਥਿਕ ਬਰਾਬਰਤਾ ਨਾ ਹੋਈ ਤਾਂ ਫਿਰ ਇਹ ਸੰਵਿਧਾਨ ਵੀ ਦੇਸ਼ 'ਚ ਨਹੀਂ ਬਚੇਗਾ ਸਾਡੇ ਦੇਸ਼ ਦੇ ਅੰਦਰ ਆਜ਼ਾਦੀ ਤੋਂ ਬਾਅਦ ਨਾ ਬਰਾਬਰਤਾ ਘਟਣ ਦੀ ਬਜਾਏ ਵੱਧਦੀ ਚਲੀ ਗਈ ਹੈ ਬੇਸ਼ੱਕ ਰਿਜ਼ਰਵੇਸ਼ਨ ਨੇ ਜਿਹੜੀ ਵਿਸ਼ੇਸ਼ ਸੁਵਿਧਾ ਬਣਾਈ ਹੈ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਤਹਿਤ ਉਹ ਐਜੂਕੇਸ਼ਨ ਦੇ ਅੰਦਰ ਔਰ ਸਰਵਿਸ ਦੇ ਅੰਦਰ ਉਸ ਦੇ ਅੰਦਰ ਔਰਤਾਂ ਨੂੰ
कबैली लोगों दलित लोगों और जो दूजे पछड़े हुए लोग ने उन्होंने कुछ रिजर्वेशन दे के थोड़ा जि अगे लिया पर अजे भी वह समाज के अंदर बहुत पिछड़े हुए हैं। इस तरीके जोड़ा धर्म निरपक्षता का सिद्धांत सी कि सारे धर्मों अपने अपने मनन पर एक दूजे धर्म को बर्बाद करने या वो विरुद्ध नफरत पैदा करने कोई कम हिंदुस्तान नहीं होएगा। पर पिछले 7 सालों तो जिस दिन तो BJP आई है ना संविधान के बुनियादी ढांचे छड़िया जा रहा ना संविधान की प्रोविजन छड़िया जा रहा इस करके अज अंबेडकर की सार्थकता उन्होंने संविधान की सार्थकता अज अगे नालों कित वधेरे है तो अज CIT पूरे देश के अंदर अंबेडकर का जन्मदिन नवे संदर्भ के अंदर मना रही है और संविधान को बचाने संविधानक संस्थावान बचाने और दलित तो गरीब लोगों से औरतों की बराबरी का सिद्धांत जोड़ा है उसनों असं अगे लेके जावे। विशेष तौर पर जोड़े 4 लेबर कोड बनाए हैं उन्होंने सारे कानून उलद के और साम्राज्य भारतीय इजारेदार पूंजी को खुलियां छुट्टियां दीतियां या किसानों 3 माड़े कानून बनाए हैं इन्हों कानूनों पलटाने लिए भी मजदूर किसानों का एका उसार के इस नीति का विरोध किया जाएगा। यह है अज का साल मनाने का मकसद।